ਸਵਾਰੀਆਂ ਦੇ ਨਾਲ ਭਰੀ ਇੱਕ ਬੱਸ ਡੂੰਗੀ ਖੱਡ ਦੇ ਵਿੱਚ ਜਾ ਡਿੱਗੀ ਹੈ ਜਿਸ ਦੇ ਕਾਰਨ ਕਈ ਸਵਾਰੀਆਂ ਜ਼ਖਮੀ ਹੋਈਆਂ ਨੇ ਤੇ ਜ਼ਖਮੀਆਂ ਦੇ ਵਿੱਚ ਕਈ ਸਕੂਲੀ ਬੱਚੇ ਵੀ ਦੱਸੇ ਜਾ ਰਹੇ ਨੇ ਤਾਂ ਅਚਾਨਕ ਹੀ ਬੱਸ ਜੋ ਹੈ ਉਹ ਬੇਕਾਬੂ ਹੋ ਜਾਂਦੀ ਹੈ ਅਤੇ ਸਿੱਧਾ ਹੀ ਡੂੰਗੀ ਖੱਡ ਦੇ ਵਿੱਚ ਜਾ ਕੇ ਡਿੱਗ ਜਾਂਦੀ ਹੈ ਜਿਸ ਦੇ ਕਾਰਨ ਵੱਡਾ ਹਾਦਸਾ ਵਾਪਰਿਆ ਹੈ ਕਰੀਬ 20 ਸਕੂਲੀ ਬੱਚੇ ਵੀ ਇਸ ਹਾਦਸੇ ਦੇ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਤਾਂ ਦੱਸ ਦਈਏ ਕਿ ਖਬਰ ਪੰਚਕੂਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਿੰਡ ਡਖਰੋਗ ਦੇ ਨੇੜੇ ਇਹ ਸਵੇਰੇ ਸਵੇਰੇ ਵੱਡਾ ਹਾਦਸਾ ਹੋਇਆ ਬੇਕਾਬੂ ਹੋ ਕੇ ਇੱਕ ਮਿੰਨੀ ਬੱਸ ਰੋਡਵੇਜ਼ ਦੀ ਡੂੰਗੀ ਖੱਡ ਦੇ ਵਿੱਚ ਜਾ ਡਿੱਗੀ ਹੈ ਤਾਂ ਪੰਚਕੂਲਾ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਕਾਰਨ ਕਈ ਸਵਾਰੀਆਂ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਨੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹਾਲਾਂਕਿ ਜੋ ਬੱਚੇ ਨੇ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਡਰਾਈਵਰ ਦੀ ਲਾਪਰਵਾਹੀ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਕਿਉਂਕਿ ਅਚਾਨਕ ਹੀ ਡਰਾਈਵਰ ਨੇ ਮਿੱਟੀ ਦੇ ਵਿੱਚ ਕਿਹਾ ਜਾ ਰਿਹਾ ਕਿ ਬ੍ਰੇਕ ਮਾਰ ਦਿੱਤੀ ਬੱਸ ਨੇ ਅਤੇ ਜਿਸ ਤੋਂ ਬਾਅਦ ਬੱਸ ਇੱਕੇ ਲਖਤ ਬੇਕਾਬੂ ਹੁੰਦੀ ਹੋਈ ਸਿੱਧਾ ਡੂੰਗੀ ਖੱਡ ਦੇ ਵਿੱਚ ਜਾ ਗਿਰਦੀ ਹੈ ਜਿਸ ਦੇ ਕਾਰਨ ਮੌਕੇ ਦੇ ਉੱਤੇ ਚੀਕ ਚਿਹਾੜਾ ਪੈ ਜਾਂਦਾ ਹੈ ਸਕੂਲੀ ਬੱਚਿਆਂ ਤੋਂ ਇਲਾਵਾ ਕੁਝ ਲੋਕਲ ਲੋਕ ਵੀ ਇਸ ਬੱਸ ਦੇ ਵਿੱਚ ਸਵਾਰ ਹੁੰਦੇ ਨੇ ਜਿਨ੍ਹਾਂ ਦੇ ਡੂੰਗੀਆਂ ਸੱਟਾਂ ਲੱਗੀਆਂ ਨੇ ਅਤੇ ਉਹਨਾਂ ਨੂੰ ਐਂਬੂਲੈਂਸ ਦੇ ਰਾਹੀਂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਹਾਦਸੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਬੱਸ ਹੈ ਰੋਡਵੇਜ਼ ਦੀ ਉਹ ਡੂੰਗੀ ਖੱਡ ਦੇ ਵਿੱਚ ਡਿੱਗੀ ਹੋਈ ਹੈ ਅਤੇ ਮੌਕੇ ਦੇ ਉੱਤੇ ਜੋ ਆਮ ਲੋਕ ਨੇ ਉਹਨਾਂ ਦੇ ਵੱਲੋਂ ਹੀ ਇਹਨਾਂ ਨੂੰ ਬਾਹਰ ਕੱਢਿਆ ਗਿਆ ਹੈ ਤਾਂ ਪਿੰਕ ਕਲਰ ਦੀ ਇਹ ਬੱਸ ਸਾਫ਼ ਦਿਖਾਈ ਦੇ ਰਹੀ ਹੈ ਹਰਿਆਣਾ ਰੋਡਵੇਜ਼ ਦੀ ਇਹ ਬੱਸ ਦੱਸੀ ਜਾ ਰਹੀ ਹੈ ਪਿੰਡ ਡਖਰੋਗ ਦੇ ਕੋਲ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਤਾਂ ਰੋਡਵੇਜ਼ ਦੀ ਬੱਸ ਜੋ ਸਵੇਰੇ ਸਵੇਰੇ ਤੜਕੇ ਬੱਚਿਆਂ ਨੂੰ ਅਤੇ ਲੋਕਾਂ ਨੂੰ ਲੈ ਕੇ ਆ ਰਹੀ ਸੀ ਤਾਂ ਅਚਾਨਕ ਹੀ ਬੇਕਾਬੂ ਹੋ ਜਾਂਦੀ ਹੈ ਅਤੇ ਸਿੱਧਾ ਹੀ ਡੂੰਗੀ ਖੱਡ ਦੇ ਵਿੱਚ ਜਾ ਡਿੱਗਦੀ ਹੈ ਫਿਲਹਾਲ ਜੋ ਜ਼ਖਮੀ ਨੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ बस स्पीड में थी गेयर नहीं डाला उनसे और जैसे उन्होंने ब्रेक लगाई वो मिट्टी में टायर स्लिप कर गया और बस पलट गई। अच्छा तो कहीं ना कहीं ड्राइवर की गलती है तेज चला रहे थे तो कौन से स्कूल में पढ़ते हो आप तोगड़ा स्कूल अच्छा सरकारी स्कूल अच्छा कहाँ से जा रहे थे हम टकरोग से आ रहे थे और स्कूल को जा रहे थे अच्छा अच्छा होटल के पास काफी जो स्कूली छात्र हैं वो घायल हुए हैं एक दो बच्चों को थोड़ा सा हमें एडमिट करके अभी ट्रीटमेंट की ज़रूरत है जैसे एक को हमें कुछ क्लेविकल इंजरी है वो उन्होंने स्लिंग दे दिया एक को थोड़ा नोज से ब्लड आ रहा है वो कह रही है आया था ब्लड तो वैसे वो स्टेबल लग रही है मैंने खुद देखा है लेकिन हम उसको डेफिनेटली एडमिट करके एक फीमेल को एडल्ट फीमेल जो बस में नहीं थी यात्री थी नहीं अभी फिलहाल के लिए स्थिति सामान्य है एक का पेल्विस का हमने अभी एक्सरे कराया है उसको थोड़ी सी मतलब सस्पेक्ट कर रहे हैं कि कोई कंप्रेशन हो सकता है स्पाइन में तो उसका अब एमआरआई कराने भेजा हुआ है एमआरआई करा रहे हैं प्लान कर रहे हैं तो सब अदरवाइज कोई मतलब अभी मैं ये नहीं कहूँगी कि वो नहीं है लेकिन अभी फॉर नाउ सारे पेशेंट जो हैं स्टेबल हैं एक को रेफर किया है और एक को यहाँ पर स्थिति कंट्रोल में है सभी टीमें बिल्कुल बिल्कुल मेरी पूरी डॉक्टर्स की टीम तभी अलर्ट पे थी सारे ऑर्थोपेडिशियन पीडियाट्रिशियन एनेस्थेटिस्ट और पीएमओ सारे लोग सर्जन सब यहाँ अवेलेबल हैं तो सब अपने हिसाब से जो जो एग्जामिनेशन करना है वो पेशेंट का कर रहे हैं और आगे जो ट्रीटमेंट की ज़रूरत है वो उनका तुरंत प्रभाव से और बहुत ही मतलब इंटेंसिटी के साथ और बहुत ही बारीकी के साथ इलाज किया जाएगा।